जिहड़ा मरण वालियां दा जिहड़ा मेल फैमिली मैंबर आ हसबेंड ते फादर ਉਹ ਆਟੋ ਚਲਾਉਂਦਾ ਆ ਤੇ ਸਵੇਰੇ ਜਾ ਕੇ ਸ਼ਾਮ ਨੂੰ ਵਾਪਸ ਆਉਂਦਾ ਹੈ। ਇਸ ਹਰਜੀਤ ਸਿੰਘ ਨਾਮ ਦੇ ਕਾਤਿਲ ਨੇ ਪਿਛਲੇ ਕਈ ਦਿਨਾਂ ਤੋਂ ਉਸ ਘਰ ਦੀ ਰੇਕੀ ਕਰਕੇ ਉਹਨਾਂ ਦਾ ਟਾਈਮ ਨੋਟ ਕੀਤਾ ਹੋਇਆ ਸੀ ਕਿ ਉਹ ਕਦੋਂ ਉਹਦਾ ਫਾਦਰ ਜਿਹੜਾ ਉਹ ਜਾਂਦਾ ਆ ਤੇ ਕਦੋਂ ਵਾਪਸ ਆਉਂਦਾ ਹੈ। 26 ਤਰੀਕ ਨੂੰ ਦੁਪਹਿਰ ਦੇ ਵੇਲੇ ਇਹਨੇ ਤ੍ਰਿਪੜੀ ਦੇ ਮਾਰਕੀਟ ਏਰੀਏ 'ਚੋਂ ਜਿਹੜਾ ਆ ਉੱਥੋਂ ਪੈਦਲ ਗਿਆ ਉਸ ਘਰ 'ਚ ਇਹਦੀ ਐਂਟਰੀ ਹੁੰਦੀ ਆ ਤੇ ਪਹਿਲਾਂ ਜਦੋਂ ਮ੍ਰਿਤਕ ਜਸਵੀਰ ਕੌਰ 50 ਸਾਲ ਦੀ ਜਿਹੜੀ ਲੇਡੀਜ਼ ਆ ਇਹ ਉਹਨੂੰ ਮਾਸੀ ਕਹਿੰਦਾ ਸੀ ਕਿਉਂਕਿ ਉਹਦੀ ਦਰਾਣੀ ਦਾ ਸਗਾ ਭਾਣਜਾ ਹੈ। ਉਹਨੇ ਇਹਨੂੰ ਪੁੱਛਿਆ ਕਿ ਹਾਂ ਕਿੱਥੇ ਆਏ ਹੋ, ਉਹਦੇ ਪੁੱਛਣ ਸਾਰ ਹੀ ਇਹ ਚਾਕੂ ਦੇ ਨਾਲ ਉਸ ਲੇਡੀ 'ਤੇ ਟੁੱਟ ਕੇ ਪੈ ਗਿਆ ਅਤੇ ਉਹਦਾ ਬੜੀ ਬੇਰਹਿਮੀ ਨਾਲ ਮਰਡਰ ਕੀਤਾ। ਉਸ ਜਨਾਨੀ ਦੀ ਆਪਣੀ ਮਾਂ ਦੀ ਚੀਕਾਂ ਸੁਣ ਕੇ ਜਦੋਂ ਉੱਪਰ ਵਾਲੇ ਕਮਰੇ ਤੋਂ ਉਹਦਾ ਬੇਟਾ ਹਰਵਿੰਦਰ ਸਿੰਘ ਉਰਫ ਜੱਗੀ ਜਿਹੜਾ ਸਰੀਰਕ ਰੂਪ ਨਾਲ ਥੋੜ੍ਹਾ ਕਮਜ਼ੋਰ ਆ ਅਤੇ ਨਸ਼ਾ ਜਿਹੜਾ ਆ ਉਹ ਛੱਡਣ ਦੀ ਕੋਸ਼ਿਸ਼ ਕਰ ਰਿਹਾ, ਉਹਦਾ ਟ੍ਰੀਟਮੈਂਟ ਚੱਲ ਰਿਹਾ ਸੀ, ਉਹ ਥੱਲੇ ਆਇਆ। ਉਹਨੇ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇਸ ਕਾਤਿਲ ਨੇ ਨਾਲ ਦੇ ਨਾਲ ਹੀ ਪਹਿਲਾਂ ਮਾਂ ਅਤੇ ਫਿਰ ਉਹਦੇ ਬੇਟੇ ਦਾ ਦੋਨਾਂ ਦਾ ਚਾਕੂਆਂ ਦੇ ਨਾਲ ਬੜੀ ਬੇਰਹਿਮੀ ਨਾਲ ਜਿਹੜਾ ਆ ਕਤਲ ਉਹਨੂੰ ਅੰਜਾਮ ਦਿੱਤਾ। ਵਿਦਇਨ 48 ਆਵਰਸ ਪਟਿਆਲਾ ਪੁਲਿਸ ਦੀ ਟੀਮ ਜਿਹੜੀ ਆ SP ਸਿਟੀ ਸਰਫਰਾਜ਼ ਆਲਮ, SP ਡੀ ਹਰਬੀਰ ਅਟਵਾਲ, DSP ਜਸਵਿੰਦਰ ਸਿੰਘ ਟਿਵਾਣਾ, DSP ਸੁਖਅਮ੍ਰਿਤ ਰੰਧਾਵਾ, ਇੰਚਾਰਜ CIA ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ, SHO ਤ੍ਰਿਪੜੀ ਪ੍ਰਦੀਪ ਬਾਜਵਾ ਅਤੇ SHO ਅਨਾਜ ਮੰਡੀ ਅਮਨ ਬਰਾੜ, ਇਹ ਸਾਰੀ ਟੀਮ ਨੇ ਦਿਨ ਰਾਤ ਮਿਹਨਤ ਕਰਕੇ ਬੜੇ ਟੈਕਨੀਕਲੀ ਬੜੇ ਵਿਗਿਆਨਿਕ ਤਰੀਕੇ ਨਾਲ ਇਸ ਕਤਲ ਦੇ ਮਾਮਲੇ ਦੀ ਤਫਤੀਸ਼ ਕਰਕੇ ਐਂਡ ਫੋਰੈਂਸਿਕ ਜਾਂਚ ਕਰਕੇ ਫੋਰੈਂਸਿਕ ਟੀਮਾਂ ਮੌਕੇ 'ਤੇ ਪਹੁੰਚੀਆਂ। ਮੇਰੀ ਪਰਸਨਲ ਨਿਗਰਾਨੀ ਹੇਠ ਅਸੀਂ ਦਿਨ ਰਾਤ ਇੱਕ ਕਰਕੇ ਜਿਹੜਾ 48 ਘੰਟਿਆਂ ਦੇ ਅੰਦਰ ਇਹ ਸਨਸਨੀਖੇਜ਼ ਦੋਹਰੇ ਕਤਲਕਾਂਡ ਨੂੰ ਜਿਹੜਾ ਆ ਅਸੀਂ ਟਰੇਸ ਕਰ ਲਿਆ। ਇਹਦੇ ਨਾਲ ਹੀ ਮੈਂ ਪਟਿਆਲੇ 'ਚ ਸਾਰੇ ਸਿਟੀਜ਼ਨਸ ਨੂੰ ਇਨਸ਼ੋਰ ਕਰਦਾ ਹਾਂ ਕਿ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਪਟਿਆਲਾ ਪੁਲਿਸ ਚਾਕ ਚੌਬੰਦ ਹੈ ਗਈ ਹੈ ਅਤੇ ਕ੍ਰਿਮੀਨਲਸ ਨੂੰ ਮੈਂ ਵਾਰਨਿੰਗ ਵੀ ਦਿੰਦਾ ਹਾਂ ਕਿ ਜੇਕਰ ਉਹ ਸੋਚਦੇ ਆ ਕਿ ਕਿਸੇ ਸੰਗੀਨ ਅਪਰਾਧ ਨੂੰ ਅੰਜਾਮ ਦੇ ਕੇ ਪਟਿਆਲਾ ਪੁਲਿਸ ਨੂੰ ਚਕਮਾ ਦੇ ਜਾਣਗੇ, ਇਹ ਗੱਲ ਬਿਲਕੁਲ ਨਹੀਂ ਹੈਗੀ। ਅਸੀਂ ਰਿਕਾਰਡ ਟਾਈਮ 'ਚ ਕੋਈ ਵੀ ਵਾਰਦਾਤ ਟਰੇਸ ਕਰਦੇ ਰਹੇ ਹਾਂ। ਪਿਛਲੇ ਚੰਦ ਮਹੀਨਿਆਂ 'ਚ ਸਾਡਾ 11ਵਾਂ ਜਿਹੜਾ ਮਰਡਰ ਆ ਜਿਹੜਾ ਅਸੀਂ ਟਰੇਸ ਕੀਤਾ ਹੈ ਅਤੇ ਮੈਂ ਸਾਰੇ ਕ੍ਰਿਮੀਨਲਸ ਨੂੰ ਸਖਤ ਵਾਰਨਿੰਗ ਦਿੰਦਾ ਹਾਂ ਕਿ ਪਟਿਆਲੇ 'ਚ ਕਿਸੇ ਵੀ ਕ੍ਰਾਈਮ ਕਰਨ ਦੇ ਬਾਰੇ ਸੋਚਣਗੇ। ਦੇਖੋ ਮੇਨ ਗੇਟ ਤੋਂ ਹੀ ਐਂਟਰ ਕੀਤਾ ਜੀ ਕਿਉਂਕਿ ਉਹਨਾਂ ਦਾ ਰਿਸ਼ਤੇਦਾਰ ਸੀਗਾ, ਪਹਿਲਾਂ ਵੀ ਉਹਨਾਂ ਦੇ ਘਰ ਆਉਂਦਾ ਜਾਂਦਾ ਸੀ ਅਤੇ ਉਹਨਾਂ ਦਾ ਭਰੋਸਾ ਬਣਿਆ ਹੋਇਆ ਸੀ। ਦੇਖੋ ਨਿਕਲਿਆ ਜਿਹੜਾ ਘਰ ਦਾ ਬੈਕ ਸਾਈਡ ਆ ਉਹਦੀ ਕੰਧ ਟੱਪ ਕੇ ਜਿਹੜਾ ਦੂਜੇ ਘਰ ਤੋਂ ਜਿਹੜਾ ਨਾਲ ਘਰ ਲੱਗਦਾ ਉਹਦੇ ਪੋਰਚ ਏਰੀਏ ਤੋਂ ਨਿਕਲ ਗਿਆ ਬਾਹਰ ਜੀ। ਦੇਖੋ ਡੇ 1 ਤੋਂ ਅਸੀਂ 48 ਘੰਟੇ ਬਹੁਤ ਛੋਟਾ ਸਮਾਂ ਹੁੰਦਾ ਆ ਇਹੋ ਜਿਹਾ ਬਲਾਈਂਡ ਮਦਰ ਜਿਹਦੇ ਬਾਰੇ ਕੋਈ ਸੁਰਾਗ ਨਾ ਹੋਵੇ, ਅਸੀਂ ਟਾਵਰ ਡੰਪ ਤੋਂ ਲੈ ਕੇ IPDR CCTV ਹਰੇਕ ਵਿਗਿਆਨਿਕ ਟੂਲ ਜਿਹੜਾ ਪੰਜਾਬ ਪੁਲਿਸ ਦੇ ਕੋਲ ਹੈਗਾ ਉਹਦੀ ਵਰਤੋਂ ਕਰਕੇ ਬੜੇ ਵਿਗਿਆਨਿਕ ਢੰਗ ਨਾਲ ਇਹਦੀ ਤਫਤੀਸ਼ ਕੀਤੀ ਹੈ ਅਤੇ ਅਸੀਂ ਇਨਸ਼ੋਰ ਕਰਾਂਗੇ ਕਿ ਇਸ ਘਿਨੌਣੇ ਅਪਰਾਧ ਨੂੰ ਜਿਹੜੇ ਕਾਤਿਲ ਨੇ ਅੰਜਾਮ ਦਿੱਤਾ ਉਹਨੂੰ ਵੱਧ ਤੋਂ ਵੱਧ ਸਜ਼ਾ ਵੀ ਦਵਾਈ। ਬਿਲਕੁਲ ਲੈ ਕੇ ਗਿਆ ਜੀ, ਅਰਾਊਂਡ ਕੋਈ 6-7 ਹਜ਼ਾਰ ਰੁਪਈਆ ਜਿਹੜਾ ਕੈਸ਼ ਸੀਗਾ ਉਹ ਵੀ ਲੈ ਕੇ ਗਿਆ ਅਤੇ ਜਿਹੜੀ ਉਹਦੀ ਕੰਨ ਦੀ ਦੋਨੇ ਵਾਲੀਆਂ ਸੀਗੀਆਂ ਉਹ ਵੀ ਲੈ ਕੇ ਗਿਆ, ਚਾਂਦੀ ਦੇ ਕੁਛ ਆਈਟਮ ਲੈ ਕੇ ਗਿਆ। ਦੇਖੋ ਮਰਡਰ ਦਾ ਕਾਰਨ ਇਹ ਸੀ ਕਿ ਇਹਨੂੰ ਇਹ ਲੱਗਦਾ ਸੀ ਕਿ ਇਸ ਘਰ 'ਚ ਪੈਸਾ ਹੋਊਗਾ, ਗੋਲਡ ਔਰਨਾਮੈਂਟਸ ਹੋਣਗੇ, ਬਾਹਰ ਜਾਣ ਦਾ ਇਹ ਚਾਹਵਾਨ ਸੀਗਾ ਪਰ ਇਹਦੇ ਕੋਲ ਕੋਈ ਪੈਸਾ ਅਰੇਂਜ ਨਹੀਂ ਹੋ ਰਿਹਾ ਸੀ। ਉਸੇ ਪੈਸੇ ਦੀ ਭੁੱਖ 'ਚ ਇਹਨੂੰ ਲੱਗਿਆ ਕਿ ਇਹ ਜਿਹੜੇ ਆ ਆਸਾਨ ਸ਼ਿਕਾਰ ਹੈਗੇ ਆ ਅਤੇ ਇਸ ਘਿਨੌਨੀ ਵਾਰਦਾਤ ਨੂੰ ਅੰਜਾਮ ਹੋਣਾ। ਇਹ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਕਰਦਾ, ਜਿਹੜਾ ਕਾਤਿਲ ਆ ਉਹ ਕਿਸੇ ਪ੍ਰਕਾਰ ਦਾ ਕੋਈ ਨਸ਼ਾ ਨਹੀਂ ਕਰਦਾ। ਦੇਖੋ ਅਸੀਂ ਉਹ ਤੁਸੀਂ ਇੰਟਰਲਿੰਕ ਕਰ ਰਹੇ ਹੋ, 37 ਥਾਵਾਂ 'ਤੇ 243 ਕੈਮਰੇ ਲੱਗੇ ਸੀ। ਕਈ ਵਾਰੀ ਜਿੱਥੇ ਵਾਰਦਾਤ ਹੁੰਦੀ ਉਹ ਕੈਮਰੇ ਕਵਰ ਵੀ ਕਰ ਲੈਂਦੇ ਪਰ ਅੱਜ ਕੱਲ੍ਹ ਤਕਰੀਬਨ ਜਿਹੜਾ ਵੀ ਕੋਈ ਸਿਆਣਾ ਸਿਟੀਜ਼ਨ ਆ ਉਹਨਾਂ ਸਾਰਿਆਂ ਨੇ ਆਪੋ ਆਪਦੇ ਘਰਾਂ 'ਚ ਵੀ ਕੈਮਰੇ ਲਵਾਏ ਹੋਏ ਆ। ਸਰਕਾਰੀ ਕੈਮਰਿਆਂ ਦੇ ਇਲਾਵਾ ਜਿਹੜੇ ਪ੍ਰਾਈਵੇਟ ਘਰਾਂ 'ਚ ਲੱਗੇ ਕੈਮਰੇ ਨੇ ਉਹ ਵੀ ਪਟਿਆਲਾ ਪੁਲਿਸ ਨੂੰ ਤਫਤੀਸ਼ 'ਚ ਬੜੀ ਮਦਦ ਕਰਦੇ। ਅਸੀਂ ਸਾਰਾ ਕੁਛ ਵੇਰੀਫਾਈ ਕਰ ਰਹੇ ਹਾਂ ਜੀ, ਹੁਣ ਤੱਕ ਇਸ ਘਿਨੌਨੀ ਵਾਰਦਾਤ ਨੂੰ ਇਸੇ ਇਕੱਲੇ ਇਨਸਾਨ ਨੇ ਅੰਜਾਮ ਦਿੱਤਾ ਸੀ। ਜੇਕਰ ਕਿਸੇ ਦੀ ਹੋਰ ਵੀ ਇਨਵੋਲਵਮੈਂਟ ਸਾਹਮਣੇ ਆਈ ਤਾਂ ਅਸੀਂ ਉਹਦੇ ਖਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ।
हाँ जी, जिथे मर्डर तो बाद जिथे रहिंदा सी पिछले 7-8 महीने तो उत्थे गया। उत्थे ने अपना कपड़े चेंज किए, कपड़े धो के सुकन टंगे। उस तो बाद गुरुद्वारे भी गया। इन्हें घिनौने अपराध नूं अंजाम देने तो बाद भी, मतलब जे आपां कहीए कि इहनूं कोई बहुता मलाल सीगा कि मेरे तो ये वारदात हो गई, वो गल सामने नहीं है। बिल्कुल, इन्हें सबूत मिटाने की कोशिश की। इन्नी घिनौनी वारदात को अंजाम देने तो बावजूद इन्हें जेडे फर्श ते खून दे धब्बे लगे सी उन्होंने भी साफ किया, तौलिए भी साफ किए, बाथरूम च लाशा वाड़िया, पहला लेडीज़ की लाश वाड़ी, फिर वो बेटे की लाश वाड़ी। उस तो बाद उन्हें बालियाँ उतारियां, जेड़े कोई चांद चांदी के गहने पे सी वो भी इन्हें ले। बड़ी तसल्लीबख्श तरीके नाल वारदात करके बिना किसी मलाल तो चले। लाशां बाथरूम से सट्टन का हुण देखो ये तफ्तीश का विषय है, पर बेसिक कारण यही होना कि जदों उहदा आटो ड्राइवर प्यो जदों वापस आंदा है तो उन्होंने इमीडिएटली किसी प्रकार का शक ना पवे, तो उन्नी देर च इहनूं जिहड़ा है अपना साफ सफाई करन दा टाइम मिल जाए। यदि त्रिपड़ी एरिए चो नहीं, इन्हें बड़ा आम वतीरा रखे जी अपना, मतलब इन्हें ये चेहरे पर कोई शिकन नहीं सी। हाँ जी, उत्तर पहला नहीं जाता। थैंक यू सो मच।